ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀ ਸਤ ਸੰਗਤ ਦੋਸਤ ਮਿੱਤਰ ਭੈਣ ਭਰਾ ਇਕੱਠੇ ਹੋ ਕੇ ਬਾਬੇ ਨਾਨਕ ਦੀ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਾਂ। ਕਰਤਾਰਪੁਰ ਸਾਹਿਬ ਦੀ ਇਹ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਨੇ 1521 ਤੋਂ ਲੈ ਕੇ 1539 ਤੱਕ ਜੀਵਨ ਦੇ 18 ਵਰੇ ਇੱਥੇ ਗੁਜ਼ਾਰੇ। ਔਰ ਇਹ ਉਹ ਸਥਾਨ ਆ ਜਿੱਥੇ ਗੁਰੂ ਸਾਹਿਬ ਨੇ ਆਸਾ ਜੀ ਦੀ ਵਾਰ, ਰਹਿਰਾ ਸਾਹਿਬ ਅਤੇ ਹੋਰ ਬੇਅੰਤ ਬਾਣੀਆਂ ਦੀ ਰਚਨਾ ਕੀਤੀ। ਇਸੇ ਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਹੁਤ ਤਿੰਨ ਨੁਕਾਤੀ ਫਾਰਮੂਲਾ ਸਿੱਖਇਜ਼ਮ ਦਾ ਮੰਤਰ ਕਹਿ ਲਈਏ, ਮੈਂਡੇਟ ਕਹਿ ਲਈਏ ਸਿੱਖਾਂ ਨੂੰ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ, ਉਹ ਸਿਧਾਂਤ ਵੀ ਗੁਰੂ ਸਾਹਿਬ ਨੇ ਇਸ ਪਾਵਨ ਪਵਿੱਤਰ ਧਰਤੀ ਦੇ ਦਿੱਤਾ। 18 ਵਰੇ ਖੇਤੀ ਇਸ ਧਰਤੀ ਦੇ ਉੱਤੇ ਕੀਤੀ ਔਰ ਐਸਾ ਕਮਾਲ ਦਾ ਸੁਮੇਲ ਗੁਰੂ ਸਾਹਿਬ ਨੇ ਰਚਾਇਆ ਕਿ ਇੱਕ ਪਾਸੇ ਸਪਿਰਚੁਐਲਿਟੀ ਦੀ ਹਾਈਟ ਹੈ, ਅਧਿਆਤਮਵਾਦ ਦੀ ਹਾਈਟ ਹੈ, ਔਰ ਦੂਜੇ ਪਾਸੇ ਕਿਰਤ ਦਾ ਸਿਖਰ ਹੈਗਾ। ਸੋ ਇਹ ਉਹ ਪਾਵਨ ਪਵਿੱਤਰ ਧਰਤੀ ਆ। ਇੱਧਰ ਦਰਬਾਰ ਸਾਹਿਬ ਬਣੇ ਹੋਏ ਨੇ, ਸਾਹਮਣੇ ਖੂਹ ਸਾਹਿਬ ਨੇ ਜਿਸ ਰਾਹੀਂ ਗੁਰੂ ਸਾਹਿਬ ਆਪਣੇ ਖੇਤਾਂ ਦਾ ਸਾਰਾ ਜਿਹੜਾ ਪਾਣੀ ਲਾਉਂਦੇ ਹੁੰਦੇ ਸੀ। ਔਰ ਇਹ ਸਾਹਮਣੇ ਇੱਧਰ ਮਜ਼ਾਰ ਬਣੀ ਹੋਈ ਆ, ਅੰਦਰ ਗੁਰੂ ਸਾਹਿਬ ਦਾ ਜਿਹੜਾ ਅੰਗੀਠੇ ਦੀ ਰਸਮ ਕੀਤੀ ਗਈ। ਔਰ ਇਹ ਐਸਾ ਸੁਮੇਲ ਗੁਰੂ ਸਾਹਿਬ ਸਭ ਦੇ ਸੀ, ਸਭਨਾਂ ਦੇ ਮੁਸਲਮਾਨ ਭਾਈਆਂ ਨੇ ਉਹਨਾਂ ਨੂੰ ਆਪਣਾ ਪੀਰ ਆਖਿਆ। ਦੂਸਰੇ ਪਾਸੇ ਗੁਰੂ ਸਾਹਿਬ ਦੇ ਸਾਰੇ ਜਿੰਨੇ ਉਪਾਸ਼ਕ ਸ਼ਿਸ਼ ਸੀ ਉਹਨਾਂ ਨੂੰ ਆਪਣਾ ਗੁਰੂ ਆਖਿਆ। ਅਤੇ ਉਹ ਸਮੁੱਚੇ ਤੌਰ 'ਤੇ ਜਗਤ ਦੇ ਗੁਰੂ, ਲੋਕਾਈ ਦੇ ਗੁਰੂ ਬਾਬਾ ਨਾਨਕ ਹੋਏ। ਸੋ ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ, ਤੁਸੀਂ ਵੀ ਸਾਡੇ ਨਾਲ ਗੁਰੂ ਨਾਨਕ ਸਾਹਿਬ ਦੀ ਚਰਨ 'ਚੋਂ ਇਸ ਪਵਿੱਤਰ ਧਰਤੀ ਦੇ ਉੱਤੇ ਦਰਸ਼ਨ ਕਰ ਸਕਦੇ ਹੋ। ਦੂਰੋਂ ਦੁਰਾਡਿਓਂ ਸਾਧ ਸੰਗਤ ਸਾਰੇ ਭੈਣ ਭਰਾ ਦੋਸਤ ਮਿੱਤਰ ਦਰਸ਼ਨ ਕਰਨ ਆਏ ਨੇ। ਸੋ ਦਰਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।